ਹਾਂਜੀ ਸਰ, ਇਹ ਜਿਹੜਾ ਮੁਜਰਮ ਫੜਿਆ ਹੈ ਅਤੇ ਇਹ ਕਿੱਥੋਂ ਦਾ ਫੜਿਆ ਆਪਾਂ? ਇਹ ਬੱਸ ਸਟੈਂਡ ਦੇ ਗੇਟ ਨੰਬਰ 5 ਦੇ ਕੋਲ ਉੱਚਾ ਦਲ ਦੇ ਕੋਲ ਸੀਗਾ ਖੜਾ। ਹਾਂਜੀ, ਉੱਥੇ ਨੂੰ ਫੜਿਆ। ਸਰ ਇਹ ਕੀ ਨਾਮ ਹੈ ਇਹਦਾ? ਦਿਨੇਸ਼ ਕੁਮਾਰ ਹੈ, ਸਰ ਨਾਮ ਪਵਨ ਕੁਮਾਰ, ਵਾਸੀ ਅਰਬਨ ਸਟੇਟ ਫੇਸ 1 ਜਲੰਧਰ। ਸਰ ਇਹਦੇ ਕੋਲ ਕੋਈ ਅਮਾਊਂਟ ਵਗੈਰਾ ਵੀ ਫੜੀ ਗਈ ਹੈ? 4500 ਰੁਪਈਆ ਫੜਿਆ ਜੀ, ਭਾਰਤੀ ਕਰੰਸੀ ਫੜੇ ਵਾਲੀ ਪਰਚੀ। ਅਤੇ ਕੋਈ ਸਾਥੀ ਵੀ ਸੀਗਾ ਇਹਦੇ ਨਾਲ ਮੌਜੂਦ? ਹਾਂਜੀ ਹਾਂਜੀ, ਸਾਥੀ ਇਹਦਾ ਜਿਹੜਾ ਸੌਰਵ ਏਰੀਆ ਸ਼ਿਬੂ ਵਾਸੀ ਘਾ ਮੰਡੀ। ਹਾਂਜੀ, ਉਹ ਜਿਹੜਾ ਇਹਦਾ ਮਾਲਕ ਹੈ ਇਹਦੀ ਦੁਕਾਨ ਦਾ, ਜਿਹੜਾ ਦਰੇ ਸੱਤੇ ਵਾਲੀ ਦਾ, ਅਤੇ ਉਹ ਉੱਥੋਂ ਭੱਜ ਗਿਆ। ਅਤੇ ਇਹ ਸਾਰੇ ਇਹ ਆਉਣ ਵਾਲੇ ਸਮੇਂ 'ਚ ਰੈਗੂਲਰ ਓਪਰੇਸ਼ਨ ਜਾਰੀ ਰਹੇਗਾ? ਬਿਲਕੁਲ ਜਾਰੀ ਰਹੇਗਾ, ਕਿਸੇ ਨੂੰ ਵੀ ਨਜਾਇਜ਼ ਕੰਮ ਕਰਨ ਦਾ ਜਾਂ ਦਰਾ ਸੱਤਾ ਲਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅਤੇ ਇਹਨਾਂ ਨੇ ਜਿਹੜਾ ਆਪਣੀ ਕੋਈ ਗੈਂਗ ਬਾਰੇ ਕੋਈ ਦੱਸਿਆ ਕਿ ਸਾਡੀ ਕੋਈ ਗੈਂਗ ਵੀ ਹੈ? ਨਹੀਂ, ਗੈਂਗ ਨਹੀਂ, ਬਸ ਉੱਥੇ ਦੜਾ ਸੱਟਾ ਲਾਉਂਦੇ ਆ ਦੁਕਾਨ 'ਤੇ ਬਹਿ ਕੇ। ਠੀਕ ਹੈ ਜੀ, ਇਹ ਸਨ ਜੀ ਸਰਦਾਰ ਸੇਵਾ ਸਿੰਘ ਜੀ, ਜਿਹੜੇ ਬੱਸ ਸਟੈਂਡ ਕੰਪਨੀ ਇੰਚਾਰਜ ਨੇ, ਅਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ, ਇਹਨਾਂ ਨੇ ਮੁਜਰਮ ਬਾਰੇ ਦੱਸਿਆ। ਮੈਂ ਅਸ਼ਵਨੀ ਜੋਸ਼ੀ, ਫੋਕਸ 24 ਚੈਨਲ।